ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਚੰਡਾ ਬੁੰਗਾ ਸਾਹਿਬ ਵਿਖੇ ਭਾਈ ਬਿਆਨ ਸਿੰਘ ਦੀ 36ਵੀਂ ਬਰਸੀ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਕੀਤਾ ਗਿਆ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਵੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਨਰਾਇਣ ਸਿੰਘ ਚੌੜਾ ਮੈਂਬਰ ਹਵਾਰਾ ਕਮੇਟੀ, ਕਮਰਪਾਲ ਸਿੰਘ ਸੰਧੂ ਦਲ ਖਾਲਸਾ ਦੇ ਆਗੂ ਅਤੇ ਸ਼ਹੀਦ ਪਰਿਵਾਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਅਗਵਾਨ ਮੌਜੂਦ ਸਨ। मन रे खालसा जी बोल रे गुरु जिन्ना सिंघा सिंघणे गुरु वाहे गुरु वाहे गुरु चेतिया चेतावन का सदका सर्व सुख होय जहां जहां खालसा जी साहिब खालसे जी के बोल बाले बोलो जी सिखा नु सिखी दान के सदान रहत दान भवेग दान विसाह दान भरोसा दान जी दे दर्शन यशनान चमकिया झंडे बुंगे जुगो जुगे अटल धर्म का जय। आवाजे कम टीवी लिए अमृतसर तो ललित शर्मा की रिपोर्ट। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਚੰਡਾ ਬੁੰਗਾ ਸਾਹਿਬ ਵਿਖੇ ਭਾਈ ਬਿਆਨ ਸਿੰਘ ਦੀ 36ਵੀਂ ਬਰਸੀ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਕੀਤਾ ਗਿਆ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਵੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਨਰਾਇਣ ਸਿੰਘ ਚੌੜਾ ਮੈਂਬਰ ਹਵਾਰਾ ਕਮੇਟੀ, ਕਮਰਪਾਲ ਸਿੰਘ ਸੰਧੂ ਦਲ ਖਾਲਸਾ ਦੇ ਆਗੂ ਅਤੇ ਸ਼ਹੀਦ ਪਰਿਵਾਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਅਗਵਾਨ ਮੌਜੂਦ ਸਨ। मन रे साहिब जादिया चारिया मुक्तिया हठिया जपिया तपिया जिन्ना नाम जपिया वंड छकिया दिचारिया दे कमाई दा ध्यान तरक खालसा जी बोल रे वाहे गुरु जिन्ना सिंघा सिंघणे गुरु वाहे गुरु वाहे गुरु चेतिया चेतावन का सदका सर्व सुख होय जहां जहां खालसा जी साहिब खालसे जी के बोल बाले बोलो जी सिखा नु सिखी दान के सदान रहत दान भवेग दान विसाह दान भरोसा दान जी दे दर्शन यशनान चमकिया झंडे बुंगे जुगो जुगे अटल ਧਰਮ ਕਾ ਜੈ। ਆਵਾਜ਼ੇ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।